ਰੁਖ ਅਗਲੀ ਖਬਰ ਦਾ ਕਰਦੇ ਹਾਂ ਅਤੇ ਗੱਲ ਕਰਾਂਗੇ ਕਾਂਗਰਸ ਦੀ। ਪੰਜਾਬ ਕਾਂਗਰਸ ਕੱਲ੍ਹ ਪੂਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੀ ਹੈ। ਕਾਂਗਰਸ ਦਾ ਇਹ ਧਰਨਾ ਬਲੋਕ ਪੱਧਰ 'ਤੇ ਹੋਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਕੈਪਟਨ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਦੇ ਵਿਧਾਇਕ ਤਿਰਲੋਚਨ ਸਿੰਘ 'ਤੇ ਜਾਤੀ ਸੂਚਕ ਟਿੱਪਣੀ ਕਰਕੇ ਉਹਨਾਂ ਨੂੰ ਭੜਕਾਇਆ ਅਤੇ ਹੁਣ ਵਲਟੋਹਾ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ 'ਤੇ ਵੀ ਵਿਤਕਰਾ ਕਰਨ ਦਾ ਇਲਜ਼ਾਮ ਲਗਾਇਆ। You don't have the right to do it here. If any of you ask the caste system, you will be arrested on the spot. Why shouldn't Virsa Singh Valtoha be not arrested on the spot? Tusi dasso, koi ethe koi aise gal under the today's law and constitution. If you make any racist remark, main banama, tusi karo, anybody can come. On the spot you are arrested. 100% the speaker can't tamper. Speaker runs the assembly. Agar woh kisi nu kahe ki aaj shabdavali jehdi hai, ਇੱਕ ਸੈਕਿੰਡ ਦੀ ਜਾਂ 10 ਸੈਕਿੰਡ ਦੀ ਉਹਨੂੰ ਉਡਾ ਦਿਓ, ਸਮ ਇਲੈਕਟ੍ਰੀਸ਼ਨ ਇਲੈਕਟ੍ਰੋਨਿਕ ਚੈਪ ਵਿਲ ਡੂ ਇਟ। ਉਹਦੇ 'ਚ ਕਿਹੜੀ ਹੈ? ਉਧਰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਵੱਲੋਂ ਵਿਧਾਨ ਸਭਾ ਦੇ ਵਿੱਚ ਬੂਟ ਸੁੱਟਣ 'ਤੇ ਸਿਆਸੀ ਹਮਲਾ ਕੀਤਾ। ਮਜੀਠੀਆ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਵਿੱਚ ਕਾਂਗਰਸ ਦੇ ਆਗੂ ਆਪਣੀ ਆਵਾਜ਼ ਨਹੀਂ ਚੁੱਕ ਸਕੇ ਤਾਂ ਬੁਖਲਾਹਟ ਦੇ ਵਿੱਚ ਬੂਟ ਸੁੱਟ ਦਿੱਤਾ। ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ ਕਹਿੰਦੇ ਅਸੀਂ ਸੱਚੇ ਸਿਪਾਹੀ ਹਾਂ। ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਕਿੱਥੇ ਕਿਹਾ ਸੀ ਪਾਰਲੀਮੈਂਟਰੀ ਡੈਮੋਕ੍ਰੇਸੀ 'ਚ ਜ਼ਬਾਨ ਨੂੰ ਉਹਨਾਂ ਨੇ ਕਿਹਾ ਸੀ ਆਪ ਦਾ ਪ੍ਰੋਟੈਸਟ ਕਰਨਾ ਤਾਂ ਕਰੋ, ਹੱਕ ਸੱਚ ਦੀ ਗੱਲ ਕਰੋ ਮਗਰ ਥਰੂ ਜ਼ਬਾਨ। ਜਦੋਂ ਗੱਲ ਕਰਨੀ ਕੋਈ ਰਹਿ ਨਹੀਂ ਗਈ ਤੇ ਉੱਠ ਚੱਕ ਕੇ ਫਿਰ ਜੁੱਤੀਆਂ ਚਲਾਉਣੀਆਂ ਸ਼ੁਰੂ ਕਰਤੀ। ਇਹਨੂੰ ਕੌਣ ਪਾਰਲੀਮੈਂਟਰੀ ਡੈਮੋਕ੍ਰੇਸੀ 'ਚ ਵਰਲਡ 'ਚ ਕੋਈ ਇਸ ਨੂੰ ਕਹਿ ਦੇ ਚੰਗੀ ਗੱਲ ਹੈ ਤੇ ਮੈਂ ਸਮਝੂੰਗਾ ਫਿਰ ਕਾਂਗਰਸ ਪਾਰਟੀ ਦਾ ਆਪ ਹੀ ਕੰਮ ਹੋ ਜਾਵੇ। ਤੇ ਹੁਣ ਗੱਲ ਕਰਾਂਗੇ ਕੌਮਾਂਤਰੀ ਏਅਰਪੋਰਟ ਦੀ, ਜਿਸ ਦੇ ਨਾਮ ਦੇ ਉੱਤੇ ਵਿਵਾਦ ਭਖਿਆ ਹੋਇਆ। ਜੀ ਹਾਂ, ਏਅਰਪੋਰਟ ਮਾਮਲੇ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਮੁੜ ਤੋਂ ਕਿਹਾ ਕਿ ਏਅਰਪੋਰਟ ਦਾ ਨਾਂ ਮੋਹਾਲੀ ਏਅਰਪੋਰਟ ਹੀ ਹੋਏਗਾ ਕਿਉਂਕਿ ਉਹ ਮੋਹਾਲੀ ਦੀ ਜ਼ਮੀਨ 'ਤੇ ਬਣਿਆ। ਇਸ ਵਿੱਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਜਦਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਹੋਣਾ ਚਾਹੀਦਾ। ਦੇਖੋ, ਮੋਹਾਲੀ 'ਚ ਤਾਂ ਹੈ ਉਹ, ਸਮਝੋ ਨਾ ਕਿੱਥੇ, ਜਿੱਥੇ ਬਣੀ ਹੈ, ਜਿੱਥੇ ਉਹਦਾ ਏਅਰਪੋਰਟ ਹੈ ਮੋਹਾਲੀ 'ਚ ਹੀ ਹੈ। Already this matter has been settled. Shaheed Bhagat Singh is one of our great freedom fighters. It was decided, Punjab decided this and Khattar approved it. Khattar endorsed it that Shaheed Bhagat Singh name is acceptable to us. Why should this controversy rise again? You know, Prakash Singh Badal ji has said already ki jo kuch bhi hua theek kaha gaya hai, Mohali mein hai to Mohali airport hi bolenge usko. So location bol rahe ki location Delhi airport is Delhi airport. Why is it called Indira Gandhi airport? ਰੁੱਖ ਅਗਲੀ ਖਬਰ ਦਾ ਕਰਦੇ ਹਾਂ। ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਸਿਆਸੀ ਆਗੂਆਂ ਨੂੰ ਵੋਟ ਦੇਣੀ ਚਾਹੀਦੀ ਹੈ ਜੋ ਵਾਤਾਵਰਣ ਸਵੱਛਤਾ ਲਈ ਕੰਮ ਕਰ ਰਹੇ ਨੇ। ਨਾਲ ਹੀ ਉਹਨਾਂ ਨੇ ਸੂਬੇ ਦੀਆਂ ਉਹਨਾਂ 35 ਨਗਰ ਕੌਂਸਲਾਂ ਦੇ ਖਿਲਾਫ ਮਾਮਲੇ ਦਰਜ ਕਰਵਾਉਣ ਦੀ ਗੱਲ ਕਹੀ ਹੈ ਜੋ ਪਾਣੀ ਦੇ ਪ੍ਰਸ਼ਨ ਲਈ ਜ਼ਿੰਮੇਵਾਰ। ਸੰਤ ਸੀਚੇਵਾਲ ਰੋਪੜ ਵਿੱਚ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਸਨ। ਨਾਲ ਹੀ ਉਹਨਾਂ ਨੇ ਲੋਕਾਂ ਨੂੰ ਚੁਗਿਰਦੇ ਦੀ ਸੰਭਾਲ ਦਾ ਸੁਨੇਹਾ ਦਿੱਤਾ। ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ, ਅੱਗੇ ਵੀ ਹਰ ਇਲੈਕਸ਼ਨ ਵਿੱਚ ਕਰਦੇ ਹਾਂ, ਕਿ ਚੋਣ ਮੈਨੀਫੈਸਟੋ ਵਿੱਚ ਜਿਹੜਾ ਹੈਗਾ ਮੁੱਖ ਮੁੱਦਾ ਇਨਵਾਇਰਮੈਂਟ ਹੋਣਾ ਚਾਹੀਦਾ। ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖੁਰਾਕ, ਇਹ ਸਾਡਾ ਮੌਲਿਕ ਅਧਿਕਾਰ ਆ, ਰਾਈਟ ਟੂ ਲਿਵ, ਜਿਉਣ ਦਾ ਹੱਕ ਆ ਸਾਡੇ ਕੋਲ। ਨਾ ਤਾਂ ਹੁਣ ਹਵਾ ਸ਼ੁੱਧ ਆ, ਨਾ ਪਾਣੀ ਸ਼ੁੱਧ ਆ, ਨਾ ਸਾਡੀ ਖੁਰਾਕ ਸ਼ੁੱਧ ਆ। ਤਿੰਨੇ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਹਰ ਨਾਗਰਿਕ ਤੋਂ ਜਿਹੜੀਆਂ ਹੈਗੀਆਂ ਖੋਈਆਂ ਜਾ ਰਹੀਆਂ। ਪਾਰਟੀ ਨੂੰ ਮੂਹਰੇ ਆਉਣਾ ਚਾਹੀਦਾ, ਏਜੰਡਾ ਲਿਆਉਣਾ ਚਾਹੀਦਾ ਅਤੇ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਅਸੀਂ ਕਰ ਪਾਵਾਂਗੇ। ਮੁੱਖ ਮੁੱਦਾ ਬਣਾਓ ਅਤੇ ਸਾਰੇ ਹੀ ਵੋਟਰਾਂ ਨੂੰ ਬੇਨਤੀ ਕਰਾਂਗੇ ਕਿ ਜਿਹੜੀ ਪੋਲੀਟੀਕਲ ਪਾਰਟੀ ਤੁਹਾਨੂੰ ਇਨਵਾਇਰਮੈਂਟ ਪ੍ਰਤੀ ਜਿਹੜਾ ਹੈਗਾ ਉਹ ਧਿਆਨ ਕਹਿੰਦੇ ਕਿ ਅਸੀਂ ਤੁਹਾਨੂੰ ਕਰਕੇ ਦੇਵਾਂਗੇ, ਜਾਂ ਤੁਹਾਨੂੰ ਵਿਸ਼ਵਾਸ ਆਉਂਦਾ ਤੁਸੀਂ ਵੋਟਾਂ ਉਹਨੂੰ ਜ਼ਰੂਰ ਪਾਓ। ਸੋ ਇੱਕ ਅਹਿਮ ਮੁੱਦਾ ਚੁੱਕਿਆ ਗਿਆ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਦੀ। ਅਤੇ ਰੁੱਖ ਮੁੜ ਤੋਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 67ਵੇਂ ਜਨਮ ਦਿਨ ਦੀ। ਅੰਮ੍ਰਿਤਸਰ ਬੀਜੇਪੀ ਦੇ ਵੱਲੋਂ ਦੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ ਅਤੇ ਦਰਬਾਰ ਸਾਹਿਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੇ ਲਈ ਅਰਦਾਸ ਕੀਤੀ। ਸੋ ਪੂਰੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਦੀ ਇਕਾਈ ਵੱਲੋਂ ਦੀ ਵੀ ਜਨਮ ਦਿਨ ਮਨਾਇਆ ਗਿਆ ਅਤੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਬੀਜੇਪੀ ਆਗੂਆਂ ਨੇ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਦੀ
ਅਰਦਾਸ ਕੀਤੀ।